वाहेगुरु जी का खालसा, वाहेगुरु जी की फतेह। मैं थोड़ा अपना कृपा सिंह जी स्टार टीम तो जिमें कि थोड़ा पता ही है जेडे शहीदी दिवस आ वह चल रहे ने ते उसते अज देखा जाए तो अज परिवार विछोड़े तो नगर कीर्तन के रूप दे विच रणजीतपुरे की जी संगत है उन्हों वालों उपराला किया गया ते होर जी पिंड दियाँ ते इलाके निवासियों की जी संगत है उन्होंने वालों उपराला किया गया सी नगर कीर्तन के रूप हर साल यह नगर कीर्तन का रूप दे विच नगर कीर्तन करते हैं ते तुसीं देख सकते हो साढ़े पिछे जी नगर कीर्तन है पहुँच रहा है ते जिथे के आप गल करिए नौजवानों की नौजवान भी ये वध तो वध पहुँच रहे ने ते महाराज की सवारी दे रूप दे विच होर जिमें कि किसान मोर्चे दे जेड़े खुशी भी वह जाहर हो रही है ते उत्थे ही मालकपुर विच नगर कीर्तन पहुँचा ते आपां तुहानूं दर्शन करावांगे नगर कीर्तन दा। नगर कीर्तन मालकपुर दे विच पहुँच चुके ते साडे विच गुरद्वारा साहिब जी दे प्रधान है उरे विशेष तौर ते रुमाला साहिब लेके ते सरोपाए लेके उरे पहुँच चुके ने ते जे आपां गल करिए सर नगर कीर्तन दे रूप दे विच हर साल यह आउंदा है तो तकरीबन यह इदां दे उपराले वड्डे पद्धर ते जिहड़े कीते जाणे चाहीदे आ। हाँ जी, वाहिगुरू जी का खालसा वाहिगुरू जी की फतेह। जो नगर कीर्तन आ रहा अज परिवार विछोड़ा साहब तो ही ये वड्डे उपरालों का कारण तो कुछ होर आ, ये कारण यह है जो अपनी दिल्ली जित प्राप्त हुई आदे करके पिंड नौजवान वध तो वध दिल्ली पहुँचे हुए है, ये करके संगत का थोड़ा जहा अपना संजोग जोड़ा घट मिल रहा है। हाँ जी, हाँ जी, तो असी बहुत ही धन्यवाद करते हैं सारिया संगत वालों आ रहे नगर कीर्तन का हर साल जी, बहुत बहुत धन्यवाद। वाहेगुरू जी का खालसा वाहेगुरू जी की।
ਜਿਵੇਂ ਕਿ ਤੁਹਾਨੂੰ ਪਤਾ ਜੀ ਪਰਿਵਾਰ ਵਿਛੋੜੇ ਤੋਂ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਨਾਲ ਦੀ ਨਾਲ ਸ਼ਬਦ ਕੀਰਤਨ ਗਾ ਰਹੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਨਗਰ ਕੀਰਤਨ ਜਿਹੜਾ ਆਰੰਭ ਕੀਤਾ ਜਾ ਰਿਹਾ ਅਤੇ ਸਾਡੇ ਵਿੱਚ ਅੰਮ੍ਰਿਤਪਾਲ ਸਿੰਘ ਜੀ ਹੈਗੇ ਨੇ। ਅੰਮ੍ਰਿਤਪਾਲ ਸਿੰਘ ਜੀ ਜਿਹੜਾ ਤੁਸੀਂ ਨਗਰ ਕੀਰਤਨ ਕਰਦੇ ਤੁਹਾਡਾ ਪਹਿਲਾ ਜਾਂ ਉਸ ਤੋਂ ਪਹਿਲਾਂ ਵੀ ਤੁਸੀਂ ਕਰ ਚੁੱਕੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿੰਨੀਆਂ ਵੀ ਸਾਡੇ ਨਾਲ ਇਲਾਕੇ ਦੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇਹ ਨਗਰ ਕੀਰਤਨ ਵੀਰ ਜੀ ਸਾਡਾ ਆਪਣਾ 3-4 ਸਾਲ ਤੋਂ ਭਾਈ ਬਚਿੱਤਰ ਸਿੰਘ ਅਤੇ ਆਪਣਾ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਆਪਣਾ ਸਟਾਰਟ ਕੀਤਾ, ਜੋ ਕਿ ਪਰਿਵਾਰ ਵਿਛੋੜਾ ਸਾਹਿਬ ਤੋਂ ਚੱਲ ਕੇ ਇੰਦਰਪੁਰਾ ਬੀਕੋਂ ਢੱਕੀ ਬੀਕੋਂ ਘਨੌਲਾ ਹੁੰਦਾ ਹੋਇਆ ਆਪਣਾ ਮਾਲਕਪੁਰ ਅਤੇ ਆਪਣਾ ਭੱਠਾ ਸਾਹਿਬ ਆਪਣਾ ਨਿਹੰਗ ਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਮਾਪਤ ਹੁੰਦਾ ਹੈ। ਅਤੇ ਅਸੀਂ ਸੰਗਤਾਂ ਨੂੰ ਬੱਚਿਆਂ ਨੂੰ ਇਹ ਇਤਿਹਾਸ ਬਾਰੇ ਜਾਗਰੂਕ ਕਰਨਾ ਚਾਹੁੰਦੇ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇਹ ਬੱਚੇ ਹੈ ਇਹ ਇਤਿਹਾਸ ਦੇ ਨਾਲ ਜੁੜਨ, ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਮਤਲਬ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਕੀਤਾ ਅਤੇ ਕਿਸ ਤਰ੍ਹਾਂ ਉਹਨਾਂ ਨੇ ਸ਼ਹੀਦੀਆਂ ਪਾਈਆਂ। ਹਾਂਜੀ, ਅਤੇ ਉਹ ਤੋਂ ਇਲਾਵਾ ਜਿਵੇਂ ਕਿ ਤੁਸੀਂ ਨਗਰ ਕੀਰਤਨ ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਕੱਢਦੇ ਹੋ, ਉਸ ਤੋਂ ਇਲਾਵਾ ਜਿਵੇਂ ਆਪਾਂ ਸੰਘੂ ਬਾਰਡਰ 'ਤੇ ਆਪਣੀ ਜਿੱਤ ਹੋਈ ਆ ਤਾਂ ਉਹਦੇ ਵੀ ਥੋੜ੍ਹੀ ਖੁਸ਼ੀ ਮਹਿਸੂਸ ਕਰਦੇ? ਹਾਂਜੀ ਵੀਰ ਜੀ, ਬਹੁਤ ਖੁਸ਼ੀ ਹੈ ਜੀ ਸਾਨੂੰ ਜੀ, ਮਤਲਬ ਸਾਡੇ ਪਿੰਡ ਤੋਂ ਨਗਰਾਂ ਤੋਂ ਲਗਾਤਾਰ ਉੱਥੇ ਸਿੰਘੂ ਬਾਰਡਰ 'ਤੇ ਆਪਣੇ ਜੱਥੇ ਜਾਂਦੇ ਰਹੇ ਹੈ ਅਤੇ ਉਹਦੀ ਖੁਸ਼ੀ ਵਿੱਚ ਰਾਤ ਆਪਣਾ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਸੀਗਾ ਜੀ। ਹਾਂਜੀ, ਗੁਰਦੁਆਰਾ ਮਾਤਾ ਗੁਜਰ ਕੌਰ ਕੁੰਮਾ ਮਾਸਕ ਦੇ ਸਥਾਨ 'ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀਗਾ ਵੀਰ ਜੀ ਰਾਤ। ਹਾਂਜੀ, ਅਤੇ ਤੁਸੀਂ ਸੰਗਤਾਂ ਨੂੰ ਜਿਹੜੇ ਘਰ ਬੈਠੇ ਜਾਂ ਜਿਵੇਂ ਟੀਵੀ ਦੇ ਰੱਬ ਦੇ ਮਾਧਿਅਮ ਦੇ ਜਿਹੜੇ ਟੀਵੀ ਦੇ ਤੁਸੀਂ ਜਿਹੜੇ ਬੰਦੇ ਨਹੀਂ ਆਏ ਉਹਨਾਂ ਨੂੰ ਕੀ ਅਪੀਲ ਕਰੋਗੇ ਅਗਲੀ ਵਾਰ ਵਾਸਤੇ? ਉਹਨਾਂ ਨੂੰ ਵੀਰ ਜੀ ਅਸੀਂ ਇਹੀ ਅਪੀਲ ਕਰਾਂਗੇ ਵੀ ਅੱਗੇ ਸਾਡੇ ਨਾਲ ਜੋ ਘਰ ਬੈਠੇ ਉਹ ਸਾਡੇ ਨਾਲ ਜੋ ਇਲਾਕੇ ਦੀ ਸੰਗਤ ਹੈ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਦੇਵੇ ਅਤੇ ਉਹ ਮਤਲਬ ਅਸੀਂ ਸਾਡਾ ਏਮ ਇਹ ਹੈ ਵੀ ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਜਾਵੇ, ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਸਾਡਾ ਇਤਿਹਾਸ ਕੀ ਹੈ। ਠੀਕ ਆ, ਨਹੀਂ ਸਾਡੇ ਇਤਿਹਾਸ ਬਾਰੇ ਪਤਾ ਲੱਗੇ, ਬਹੁਤ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਸਾਡਾ ਇਤਿਹਾਸ, ਭਾਈ ਬਚਿੱਤਰ ਸਿੰਘ ਕੌਣ ਹੈ ਪੁੱਛ ਲਓ ਬੱਚਿਆਂ ਨੂੰ, ਕਿਸੇ ਨੂੰ ਪਤਾ ਨਹੀਂ ਭਾਈ ਬਚਿੱਤਰ ਸਿੰਘ ਕੌਣ ਹੈ, ਕਿੱਥੇ ਸ਼ਹੀਦ ਹੋਏ, ਕਿਸ ਤਰ੍ਹਾਂ ਉਹਨਾਂ ਦਾ ਜੋ ਵੀ ਹੈ ਉਹ ਕਿਸੇ ਨੂੰ ਕੁਛ ਨਹੀਂ ਪਤਾ ਜੀ। ਸਾਡਾ ਇਹੀ ਸਿਰਫ ਟੀਚਾ ਹੈ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਮਤਲਬ ਸਾਡੇ ਸ਼ਹੀਦ ਹੋਏ ਸੀਗੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਕਿੱਥੇ ਕਿੱਥੇ ਉਹਨਾਂ ਨੂੰ ਕਿਆ ਕਿਆ ਹੋਇਆ ਜੀ ਉਹਨਾਂ ਨਾਲ। ਹਾਂਜੀ, ਇਹ ਸੀ ਅੰਮ੍ਰਿਤਪਾਲ ਸਿੰਘ ਜੀ ਅਤੇ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਾਲ ਕਿਰਪਾਲ ਸਿੰਘ।